ਸੰਗਰੂਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕਾਰਾਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 4 ਮੈਂਬਰਾਂ ਨੂੰ ਕਾਬੂ ਕੀਤਾ। ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਪੰਜਾਬ ਦੇ ਵੱਖ ਵੱਖ ਥਾਵਾਂ 'ਤੇ ਚੋਰੀਆਂ ਕਰਦੇ ਸਨ। ਉਹਨਾਂ ਕਿਹਾ ਕਿ ਇਹਨਾਂ ਦਾ ਰਿਮਾਂਡ ਹਾਸਲ ਕਰ ਇਹਨਾਂ ਪਾਸੋਂ ਪੁੱਛਗਿੱਛ ਕੀਤੀ ਜਾਵੇਗੀ। ਜਤਿੰਦਰ ਕੁਮਾਰ ਦੀ ਰਿਪੋਰਟ। ਇਹ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਵਾਰਦਾਤਾਂ ਕੀਤੀਆਂ ਨੇ ਅਲੱਗ ਅਲੱਗ ਡਿਸਟ੍ਰਿਕਟ ਦੇ ਵਿੱਚ, ਜਿੱਦਾਂ ਕਿ ਵੇਰਵਾ ਸੀ ਤੁਹਾਨੂੰ ਪ੍ਰੈਸ ਨੋਟ ਰਾਹੀਂ ਵੀ ਦਿੱਤਾ। ਇਹ ਬੰਦੇ ਕੀ ਕਰਦੇ ਸੀ, ਇਹ ਸ਼ਟਰ ਤੋੜਦੇ ਸੀ, ਸ਼ਟਰ ਤੋੜ ਕੇ ਅੰਦਰੋਂ ਦੁਕਾਨਾਂ ਦੇ ਵਿੱਚੋਂ ਕੀਮਤੀ ਸਮਾਨ ਕੱਢ ਦਿੰਦੇ ਸੀ, ਜਿਹੜਾ ਕੋਈ ਪੈਸਾ ਪਿਆ ਹੁੰਦਾ ਸੀ ਉਹ ਵੀ ਕੱਢ ਦਿੰਦੇ ਸੀ। ਇਹਨਾਂ ਦਾ ਮੇਨ ਸਰਗਣਾ ਜਿਹੜਾ ਹੈਗਾ ਇੱਕ ਰਵੀ ਕੁਮਾਰ ਹੈ ਫਿਰੋਜ਼ਪੁਰ ਦਾ। ਇਹ ਟੋਟਲੀ 4 ਬੰਦੇ ਨੇ ਜਿਹੜੇ ਅੱਜ ਤੱਕ ਸਾਡੀ ਪੁੱਛਗਿੱਛ ਦੇ ਵਿੱਚ ਆਏ ਨੇ। ਇਹਨਾਂ ਨੇ ਪੰਜਾਬ ਦੇ ਵਿੱਚ ਤਕਰੀਬ 100 ਦੇ ਨੇੜੇ ਇਹਨਾਂ ਨੇ ਦੁਕਾਨਾਂ ਦੇ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸ਼ਟਰ ਤੋੜ ਕੇ ਇਹਨਾਂ ਨੇ ਚੋਰੀਆਂ ਕੀਤੀਆਂ ਨੇ। ਇਹ ਅਲੱਗ ਅਲੱਗ ਜ਼ਿਲ੍ਹਿਆਂ ਦਾ ਜਿਹੜਾ ਸਾਡੇ ਕੋਲ ਵੇਰਵਾ ਹੈ, ਅਜੇ ਤੱਕ ਜਿਹੜਾ ਅਸੀਂ ਡਿਟੇਲ ਲਈਏ ਸ਼ਟਰ ਟੁੱਟਣ ਦੀ, ਇਸ ਗੈਂਗ ਵੱਲੋਂ ਜਿਹੜੀਆਂ ਵਾਰਦਾਤਾਂ ਕੀਤੀਆਂ ਗਈਆਂ ਨੇ, 32 FIR ਸਾਨੂੰ ਜਿਹੜੀਆਂ ਮਿਲੀਆਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਬੰਦਿਆਂ ਨੇ ਵਾਰਦਾਤਾਂ ਕੀਤੀਆਂ ਨੇ। ਇਸ ਤੋਂ ਸਿਵਾਏ ਕਈ ਲੋਕਾਂ ਨੇ ਪੁਲਿਸ ਸਟੇਸ਼ਨਾਂ ਦੇ ਵਿੱਚ ਰਿਪੋਰਟ ਹੀ ਨਹੀਂ ਕਰਾਈ, ਜਿੰਨਾ ਕਿ ਸਮਾਨ ਥੋੜ੍ਹਾ ਗਿਆ ਹੈ। ਉਹ ਵੀ ਹੁਣ ਜਦੋਂ ਮੀਡੀਆ ਰਾਹੀਂ ਪਤਾ ਚੱਲੇਗਾ, ਜੋ ਵੀ ਲੋਕ ਅੱਗੇ ਆ ਕੇ ਸੰਬੰਧਿਤ ਥਾਣਿਆਂ ਨੂੰ ਅਤੇ ਸੰਬੰਧਿਤ ਜ਼ਿਲ੍ਹਿਆਂ ਨੂੰ ਦੱਸਣਗੇ ਕਿ ਕਿੱਥੇ ਕਿੱਥੇ ਇਹਨਾਂ ਨੇ ਬੰਦਿਆਂ ਨੇ ਵਾਰਦਾਤਾਂ ਕੀਤੀਆਂ ਨੇ। ਇਹਨਾਂ ਦੀ ਮੋਡਸ ਓਪਰੈਂਡੀ ਇਹ ਸੀ, ਇਹਨਾਂ ਨੇ ਸਵਿਫਟ ਕਾਰ ਰੱਖੀ ਸੀ, ਜਿਹੜਾ ਰਵੀ ਨਾਂ ਦਾ ਬੰਦਾ। ਇਹ ਸਵਿਫਟ ਕਾਰ ਦੇ ਇਹਨਾਂ ਨੇ ਜਾਅਲੀ ਨੰਬਰ ਅਲੱਗ ਅਲੱਗ ਬਣਾ ਕੇ ਰੱਖੇ ਨੇ। ਇਹਨਾਂ ਕੋਲ ਉਹ ਸਾਰਾ ਸਾਜੋ ਸਮਾਨ ਹੈ ਜਿਹਦੇ ਨਾਲ ਇਹ ਪਹਿਲਾਂ ਸ਼ਟਰ ਤੋੜਦੇ ਸੀ, ਫਿਰ ਅੰਦਰੋਂ ਜਿਹੜੀ ਇਹਨਾਂ ਦੇ ਪੈਸੇ ਰੱਖਣ ਵਾਲਾ ਜਿਹੜਾ ਗੋਲਕ ਪਈ ਹੁੰਦੀ ਉਹਨੂੰ ਤੋੜਦੇ ਸੀ, ਉਹਨੂੰ ਤੋੜ ਕੇ ਵਿੱਚੋਂ ਇਹਨਾਂ ਨੇ ਪੈਸੇ ਕੱਢਣੇ, ਪੈਸੇ ਕੱਢ ਕੇ ਉਹ ਲੈ ਜਾਣਾ ਜਿੱਥੋਂ ਵੀ ਹੋਰ ਇਹਨਾਂ ਨੂੰ ਕੀਮਤੀ ਸਮਾਨ ਕੋਈ ਕੱਪੜਾ ਜਾਂ ਜਿਹੜੀ ਵੀ ਚੀਜ਼ ਮਿਲਣੀ ਉਹ ਆਪਣੀ ਗੱਡੀ 'ਚ ਰੱਖ ਕੇ ਲੈ ਜਾਂਦੇ ਸਨ। ਇਹ ਬੰਦੇ ਪਹਿਲਾਂ ਆਪਣੀ ਰੈਕੀ ਕਰਦੇ ਆ, ਰੈਕੀ ਕਰਨ ਤੋਂ ਬਾਅਦ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਆ ਅਤੇ ਤਾਂ ਕਿ ਜਿਹੜਾ ਇਹ ਅੱਗੇ ਨੰਬਰ ਗੱਡੀ ਦਾ ਚੇਂਜ ਕਰਕੇ ਨਿਕਲ ਜਾਂਦੇ ਸੀ। ਅਤੇ ਇਹਨਾਂ ਨੇ ਤਕਰੀਬ ਜਿਹੜੇ ਪਰਚੇ ਇਹਨਾਂ 'ਤੇ ਦਰਜ ਹੋਏ ਨੇ, ਸੰਗਰੂਰ 'ਚ 5 ਹੋਏ ਨੇ, ਬਰਨਾਲੇ ਦੇ ਵਿੱਚ 4, ਬਰਨਾਲੇ 'ਚ 2 ਨੇ, ਪਟਿਆਲੇ 'ਚ 4 ਨੇ, ਬਠਿੰਡੇ 'ਚ 2, ਹੁਸ਼ਿਆਰਪੁਰ 'ਚ 1, ਮਲੇਰਕੋਟਲੇ 'ਚ 2, ਰੋਪੜ ਦੇ ਵਿੱਚ 3 ਅਤੇ ਖੰਨੇ ਦੇ ਵਿੱਚ 3 ਨੇ, ਨਵਾਂਸ਼ਹਿਰ 1, ਫਤਿਹਗੜ੍ਹ ਸਾਹਿਬ 1, ਕਪੂਰਥਲੇ 'ਚ 3, ਜਲੰਧਰ ਦਿਹਾਤੀ 'ਚ 1 ਅਤੇ ਜਲੰਧਰ ਕਮਿਸ਼ਨਰੇਟ 'ਚ 4। ਕੁੱਲ 32 FIR ਦਾ ਜਿਹੜਾ ਸਾਨੂੰ ਪਤਾ ਲੱਗਾ ਜਿਹੜੀਆਂ ਇਹਨਾਂ ਦੇ ਉੱਤੇ ਰਜਿਸਟਰ ਹੋਈਆਂ ਨੇ। SSP ਸੰਗਰੂਰ ਸਰਦਾਰ ਸਰਤਾਜ ਸਿੰਘ ਚਹਿਲ ਵੱਲੋਂ ਆਪਣੇ SPD ਦੀ ਨਿਗਰਾਨੀ ਹੇਠ ਜਿਹੜੀ ਇੱਕ ਟੀਮ ਬਣਾਈ ਸੀ ਇਹਨਾਂ ਬੰਦਿਆਂ ਨੂੰ ਫੜਨ ਲਈ, ਅਤੇ ਇਹਦੇ 'ਚ CA ਇੰਸਪੈਕਟਰ ਸੰਬੰਧਿਤ DSPD ਨਾਲ ਸਬ ਡਿਵੀਜ਼ਨ DSP ਸਾਰਿਆਂ ਨੇ CCTV ਦੇ ਫੁਟੇਜ ਰਾਹੀਂ ਔਰ ਸਾਡੇ ਟੈਕਨੀਕਲ ਤਰੀਕੇ ਰਾਹੀਂ ਜਿਹੜੇ ਅਸੀਂ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਔਰ ਅੱਗੇ ਫਰਦਰ ਇਹਨਾਂ ਤੋਂ ਪੁੱਛਗਿੱਛ ਅਸੀਂ ਹੋਰ ਕਰਾਂਗੇ ਕਿ ਇਹਨਾਂ ਨੇ ਕਿਹੜੀਆਂ ਕਿਹੜੀਆਂ ਜਿਹੜੀਆਂ ਵਾਰਦਾਤਾਂ ਕੀਤੀਆਂ ਨੇ। ਜਿਹੜਾ ਰਵੀ ਇਹ ਪੁੱਤਰ ਸੋਹਣ ਸਿੰਘ ਇਹ ਸਿਟੀ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ, ਇਹਦੇ 'ਤੇ 17 ਮੁਕੱਦਮਿਆਂ ਦੀ ਅਜੇ ਇਹਦੇ 'ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਕਰਮਵੀਰ ਸਿੰਘ ਇਹਦੇ 'ਤੇ 14 ਨੇ ਮੁਕੱਦਮੇ, ਜਗਸੀਰ ਸਿੰਘ 'ਤੇ 4 ਨੇ। ਇਹਨਾਂ ਸਾਰਿਆਂ ਤੋਂ ਜਿਹੜੀ ਇਹ ਪੁੱਛਗਿੱਛ ਜਿਵੇਂ ਜਿਵੇਂ ਆ ਰਹੀ ਹੈ ਸਾਹਮਣੇ ਉਹ ਤੁਹਾਨੂੰ ਦੱਸੀ ਚੱਲਾਂਗੇ। ਇਹ 4 ਬੰਦੇ
ਜਿਹੜਾ ਰਵੀ ਹੈ ਇਹ ਮੇਨ ਸਰਗਣਾ 35 ਸਾਲ ਦਾ, ਅਤੇ ਇੱਕ ਕਰਮਵੀਰ ਹੈ ਜਿਹੜਾ 37 ਸਾਲ ਦਾ, ਇਹ ਪੰਜਵੀਂ ਫੇਲ ਹੈ, ਅਤੇ ਜਿਹੜਾ ਜਗਸੀਰ ਹੈ ਇਹ 42 ਸਾਲ ਦਾ, ਤਾਂ ਮਨੀ 25 ਸਾਲ ਦਾ ਹੈ। ਸਾਰੇ ਹੀ ਅਨਪੜ੍ਹ ਨੇ, ਸਾਰੇ ਹੀ ਅਨਪੜ੍ਹ ਨੇ, ਤਿੰਨੇ ਦੇ ਤਿੰਨੇ, ਅਤੇ ਫਿਰੋਜ਼ਪੁਰ ਦੇ ਨੇ। ਅਤੇ ਇਹਨਾਂ ਤੋਂ ਅਸੀਂ ਅੱਗੇ ਹੋਰ ਇਨਵੈਸਟੀਗੇਸ਼ਨ ਇਹਨਾਂ ਦੀ ਪ੍ਰੋਪਰ ਕਰਾਂਗੇ, ਪੁੱਛਗਿੱਛ ਕਰਾਂਗੇ। ਜਿਹੜਾ ਰਵੀ ਹੈ ਇਹ ਕੀ ਕਰਦਾ ਹੈ ਕਿ ਜਿੰਨੇ ਵੀ ਪੈਸੇ ਇਹ ਹੁੰਦੇ ਨੇ ਆਪਦੀ ਅੱਗੇ ਟੀਮ ਨੂੰ, ਹਰੇਕ ਬੰਦੇ ਨੂੰ 7 ਤੋਂ 10 ਹਜ਼ਾਰ ਰੁਪਈਆ ਇਹ ਅੱਗੇ ਵੰਡ ਦਿੰਦਾ ਸੀ, ਜਿਹੜੀ ਜਿਹੜੀ ਇਹਨਾਂ ਵਾਰਦਾਤ ਕਰਨੀ, ਅਤੇ ਬਾਕੀ ਪੈਸੇ ਆਪਣੇ ਕੋਲ ਰੱਖਦਾ ਸੀ। ਇਹਨਾਂ ਨੇ ਬਹੁਤੇ ਪੈਸੇ ਇਹਨੇ ਆਪਣੀ ਵਾਈਫ ਦੇ ਨਾਂ 'ਤੇ ਅਲੱਗ ਅਲੱਗ ਖਾਤੇ ਜਿਹੜੇ ਨੇ ਉਹਨਾਂ ਦੇ ਵਿੱਚ ਇਹਨੇ ਜਮ੍ਹਾਂ ਕਰਾਇਆ ਸੀ। ਅਤੇ ਇਸ ਤੋਂ ਸਿਵਾਏ ਇਹਨੇ ਆਪਦੇ ਭਰਾ ਦੇ ਨਾਂ, ਜਿਹਦਾ ਨਾਂ ਹੈਗਾ ਕੀ ਸੋਨੂ ਜੋਨੀ, ਉਹਦੇ ਨਾਂ ਦੇ ਉੱਤੇ ਇਹਨੇ ਇੱਕ ਕੋਠੀ ਵੀ ਬਣਵਾਈ ਹੋਈ ਉਹ ਫਿਰੋਜ਼ਪੁਰ, ਉਹ ਜੇਲ੍ਹ ਦੇ ਵਿੱਚ ਬੰਦਾ, ਉਹਦੇ 'ਤੇ ਵੀ ਕਈ ਪਰਚੇ ਦਰਜ ਹੋਏ ਨੇ। ਬੇਸਿਕਲੀ ਜਿਹੜੀ ਇਹਨਾਂ ਦੀ ਬੈਕਗਰਾਊਂਡ ਹੈਗੀ ਹੈ ਕ੍ਰਿਮੀਨਲ ਬੈਕਗਰਾਊਂਡ ਹੈ ਇਹ ਸਾਰੇ ਪਰਿਵਾਰ ਦੀ, ਔਰ ਇਹਨਾਂ ਨੇ ਹੋਰ ਕਿੰਨੇ ਕਿੰਨੇ ਅਕਾਊਂਟ ਖੁਲਾਏ ਨੇ, ਕਿੱਥੇ ਕਿੱਥੇ ਪੈਸੇ ਜਮ੍ਹਾਂ ਕਰਾਏ ਨੇ, ਉਹ ਸਾਰੀ ਅਸੀਂ ਡਿਟੇਲ ਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ। ਅਤੇ ਹੁਣ ਇਹਨਾਂ ਨੇ ਇਹ ਕੀ ਕੀਤਾ ਹੈ ਕਿ ਜਿਹੜੇ ਸਿੱਕੇ ਨੇ ਇੰਡੀਅਨ ਕਰੰਸੀ ਦੇ, ਉਹ 75 ਕਿਲੋ ਦੇ ਨੇੜੇ ਜਿਹੜੇ ਹੈ ਨੇ, ਉਹ ਵੀ ਅਸੀਂ ਇਹਨਾਂ ਤੋਂ ਰਿਕਵਰ ਕੀਤੇ ਨੇ। ਮਤਲਬ ਤੁਸੀਂ ਇਹ ਲਾਓ ਵੀ ਇਹਨਾਂ ਸਿੱਕਿਆਂ ਤੋਂ ਲੈ ਕੇ ਅਤੇ ਪੈਸੇ ਜਿੰਨੇ ਵੀ ਵੱਡੇ ਨੋਟਾਂ ਤੱਕ ਇਹਨਾਂ ਨੂੰ ਮਿਲਦੇ ਸੀ, ਇਹ ਸਾਰੇ ਦੇ ਸਾਰੇ ਚੋਰੀ ਕਰਕੇ ਲੈ ਜਾਂਦੇ ਸੀ। ਜੇਕਰ ਕਿਸੇ ਸ਼ੋਪ ਦੇ ਵਿੱਚ ਕੋਈ ਕਿਤੇ ਕੋਈ ਗੋਲਡ ਪਿਆ ਹੈ ਜਾਂ ਕਿਤੇ ਕੋਈ ਕੱਪੜਾ ਪਿਆ ਚੰਗਾ, ਜਿਹੜਾ ਇਹਨਾਂ ਦਾ ਸੌਖਾ ਗੱਡੀ ਦੇ ਵਿੱਚ ਆ ਸਕਦਾ ਸੀ, ਇਹ ਉਹਨਾਂ ਨੇ ਸਾਰੇ ਜਿਹੜੇ ਅਸੀਂ ਹੌਲੀ ਹੌਲੀ ਇਹਨਾਂ ਤੋਂ ਰਿਕਵਰ ਕਰਾਂਗੇ। ਅਤੇ ਅਲੱਗ ਅਲੱਗ ਮੁਕੱਦਮਿਆਂ ਦੇ ਵਿੱਚ ਇਹਨਾਂ ਦਾ ਪ੍ਰੋਡਕਸ਼ਨ ਰੈਂਟ ਲੈ ਕੇ ਅੱਗੇ ਫਰਦਰ ਅਸੀਂ ਪੁੱਛਗਿੱਛ ਨਾਲ ਕਰਾਂਗੇ। ਅਤੇ ਇਹਨਾਂ ਦੇ ਨਾਲ ਹੋਰ ਵੀ ਕੋਈ ਸਾਥੀ ਕਿਹੜੇ ਕਿਹੜੇ ਨੇ ਅੱਗੇ, ਹੋਰ ਹੁਣ ਤਾਂ ਬੇਸਿਕਲੀ ਅਸੀਂ ਜਿਹੜੇ 4 ਗ੍ਰਿਫਤਾਰ ਕੀਤੇ ਨੇ ਉਹ ਵੀ ਜਿਹੜੇ ਨਾਲ ਇਹਨਾਂ ਦੇ ਗੈਂਗ ਦੇ ਮੈਂਬਰਸ ਆਏ ਨੇ ਉਹ ਕਿਹੜੇ ਨੇ, ਉਹਨਾਂ ਨੂੰ ਵੀ ਅਸੀਂ ਜਿਹੜਾ ਗ੍ਰਿਫਤਾਰ ਕਰਾਂਗੇ। ਬਾਕੀ ਇਹਨਾਂ ਤੋਂ ਜਿਹੜਾ ਸਾਜੋ ਸਮਾਨ ਜਿਹਾ ਫੜਿਆ, ਇਹਨਾਂ ਤੋਂ ਸਿੱਕੇ ਫੜੇ ਨੇ, ਇਹਨਾਂ ਤੋਂ ਜਾਲੀ ਨੰਬਰ ਪਲੇਟਸ ਫੜੀਆਂ ਨੇ ਗੱਡੀ 'ਤੇ ਲਾਉਣ ਦੀਆਂ, ਸਵਿਫਟ ਕਾਰ 'ਤੇ ਜਿਹੜੇ ਲਾਉਂਦੇ ਨੇ ਉਹ ਸਾਰੇ ਦਾ ਸਾਰਾ ਅਸੀਂ ਰਿਕਵਰ ਕਰ ਲਿਆ ਇਹਨਾਂ ਤੋਂ। ਅਤੇ ਹੋਰ ਅੱਗੇ ਫਰਦਰ ਸਾਡੀ ਟੀਮ ਜਿਹੜੀ ਇਹ ਪੁੱਛਗਿੱਛ ਕਰੇ। ਇਹ ਬਿਲਕੁਲ ਉਹੀ ਗੈਂਗ ਹੈ ਜੀ ਜਿਹੜਾ ਸਵਿਫਟ ਕਾਰ ਦੇ ਵਿੱਚ, ਜਿਹੜੇ ਜਿਹੜੇ ਜ਼ਿਲ੍ਹਿਆਂ ਦੇ ਮੈਂ ਤੁਹਾਨੂੰ ਅਜੇ ਪਰਚੇ ਦੱਸੇ ਨੇ, ਇਹ ਉਹੀ ਗੈਂਗ ਹੈ ਜਿਹੜਾ ਸਵਿਫਟ ਦੇ ਵਿੱਚ ਆਉਂਦਾ ਸੀ। ਮਤਲਬ ਪਹਿਲਾਂ ਇਹਨਾਂ ਨੇ ਹੋਰ ਨੰਬਰ ਲਾ ਕੇ ਗੱਡੀ 'ਤੇ ਆ ਕੇ ਰੈਕੀ ਕਰਨੀ, ਅਤੇ ਉਸ ਤੋਂ ਬਾਅਦ ਗੱਡੀ ਦਾ ਨੰਬਰ ਪਲੇਟ ਇਹਨਾਂ ਨੇ ਚੇਂਜ ਕਰਕੇ ਅਤੇ ਆਪਣੀ ਵਾਰਦਾਤ ਕਰਕੇ ਅਤੇ ਫਿਰ ਹੋਰ ਨੰਬਰ ਲਾ ਲੈਣਾ। ਹਾਂਜੀ ਇਹਨਾਂ ਕੋਲ ਜੀ ਆਹ ਜਿਹੜੇ ਹੈਗੇ ਨੇ ਕੋਈ ਰੋਡਸ ਨੇ, ਅਤੇ ਦੂਜਾ ਜਿਹੜਾ ਉਹਨੂੰ ਪੁੱਟਣ ਵਾਲਾ ਛੱਡਣ ਨੂੰ, ਹੋਰ ਕਈ ਤਰ੍ਹਾਂ ਦੇ ਜਿਹੜੇ ਇਹਨਾਂ ਨੇ ਵੈਪਨ ਜੇ ਆਪਣੇ ਰੱਖੇ ਨੇ, ਬਟ ਕੋਈ ਦੂਜਾ ਵੈਪਨ ਨਹੀਂ ਹੈ ਜਿਹੜਾ ਕੋਈ ਪਿਸਤਲ ਜਾਂ ਕੋਈ ਹੋਰ। ਹਾਂਜੀ ਹੁਣ ਇਹਨਾਂ ਦਾ ਪੁਲਿਸ ਰਿਮਾਂਡ ਜਿਹੜਾ 4 ਦਿਨ ਦਾ ਮਿਲਿਆ, ਅੱਗੇ ਇਹਨਾਂ ਦੇ ਫਰਦਰ ਹੋਰ ਵੀ ਲਾਵਾਂਗੇ, ਬੜੇ ਕੇਸਿਸ ਨੇ ਇਹਨਾਂ ਦੇ ਵਿੱਚ। ਇਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਹੀ ਇਹ ਸਵਿਫਟ ਕਾਰ ਵਾਲਿਆਂ ਨੇ ਗਦਰ ਪਾਇਆ ਸੀ ਔਰ ਵਾਰਦਾਤਾਂ ਇਹਨਾਂ ਨੇ ਕੀਤੀਆਂ ਸੀ। ਇਹ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ, ਆਪਸ ਦੇ ਵਿੱਚ ਨੋਨ ਨੇ, ਅਤੇ ਇਹਨਾਂ ਦੇ ਐਡਰੈਸ ਅਸੀਂ ਨਾਲ ਮੈਂਸ਼ਨ ਕੀਤੇ ਨੇ। ਮੇਨ ਜਿਹੜਾ ਇਹਨਾਂ ਦਾ ਸਰਗਨਾ ਉਹ ਰਵੀ ਹੈ, ਉਹ ਰਵੀ ਨੇ ਹੀ ਅੱਗੇ ਬੰਦੇ ਸਾਰੇ ਜਿਹੜੇ
ਧਰਮਵੀਰ ਹੋਇਆ, ਜਗਸੀਰ ਅਤੇ ਮਨੀ, ਇਹ ਸਾਰੇ ਇਹਨੇ ਹੀ ਅੱਗੇ ਆਪਣੀ ਇੱਕ ਟੀਮ ਬਣਾਈ ਹੋਈ ਸੀ। ਸਰ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਅਨਪੜ੍ਹ ਹੈਗੇ ਜੀ, ਇਹਨਾਂ ਨੇ ਪ੍ਰੋਪਰਟੀ ਵੀ ਬਣਾਈ ਹੈ, ਪੈਸਾ ਇਨਵੈਸਟ ਵੀ ਕਿਤੇ ਕੀਤਾ, ਕੋਈ ਹੋਰ ਪਿੱਛੋਂ ਗਾਈਡ ਕਰ ਰਿਹਾ ਜੀ ਇਹਨਾਂ ਨੂੰ ਇਸ ਤਰੀਕੇ ਨਾਲ? ਇਹ ਅੱਗੇ ਨੂੰ ਫਰਦਰ ਪੁੱਛਗਿੱਛ ਕਰਨੇ ਆ ਜੀ, ਹੋਰਾਂ ਦੇ ਵਿੱਚ ਕੋਈ ਇੱਕ ਬੈਕਗਰਾਊਂਡ ਕੀ ਹੋ ਸਕਦੀ ਅੱਗੇ, ਔਰ ਫਾਰਵਰਡ ਲਿੰਕ ਵਿੱਚ ਵੀ ਅੱਗੇ ਦੇਖਾਂਗੇ ਨਾਲ। ਉਹਦੇ ਕਰੀਬ ਚੋਰੀ ਹੈ ਕਿ ਕੋਈ ਸੀਸੀਟੀਵੀ ਹੋਣ ਤੁਹਾਡੇ ਕੋਲ ਸਰ, ਚੋਰੀ ਦੀਆਂ ਕੋਈ ਸੀਸੀਟੀਵੀ ਹੈ ਤਾਂ ਨਹੀਂ ਸ਼ੋਰੂਮ ਦੇ ਵਿੱਚ ਜਿਹੜੀਆਂ ਹੁੰਦੀਆਂ? ਦੇਖੋ ਜੀ, ਜਿਹੜੇ ਅਸੀਂ ਇਹਨਾਂ ਬੰਦਿਆਂ ਨੂੰ ਫੜਿਆ ਉਹ ਸੀਸੀਟੀਵੀ ਕੈਮਰਿਆਂ ਰਾਹੀਂ ਹੀ ਅਸੀਂ ਇਹਨਾਂ ਨੂੰ ਫੜਿਆ ਜਿੱਥੇ ਵਾਰਦਾਤਾਂ ਕਰਦੇ ਨੇ। ਬਾਕੀ ਜਿਹੜੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਨਾਲ ਵਾਰਦਾਤਾਂ ਕੀਤੀਆਂ ਨੇ, ਉਹਨਾਂ ਤੋਂ ਸਾਰੀ ਡਿਟੇਲ ਅਸੀਂ ਅੱਗੇ ਉਹਨਾਂ ਤੋਂ ਲਵਾਂਗੇ ਵੀ ਕੀ ਹੈਗਾ ਉੱਥੇ ਉਸ ਏਰੀਏ 'ਚ ਜਿਹੜੇ ਬੰਦੇ ਸੀਸੀਟੀਵੀ ਕੈਮਰਿਆਂ ਰਾਹੀਂ ਇਹ ਮੇਲ ਖਾਂਦੇ ਨੇ ਸਾਰੇ, ਇਹ ਇਹੋ ਹੀ ਬੰਦੇ ਨੇ ਉੱਥੇ ਜਿਹੜੇ ਕੈਮਰੇ ਲੱਗੇ ਨੇ ਉਹਨਾਂ ਰਾਹੀਂ ਸਾਰੀ ਗੱਲ ਜਿਹੜੀ ਇਹਨਾਂ ਦੀ ਉਹ ਸਾਫ ਹੋ ਚੁੱਕੀ ਉਹਦੇ ਵਿੱਚ ਸਾਰੇ ਜਿਹੜੀਆਂ। ਅਤੇ ਬਕਾਇਦਾ ਜਿਹੜੀ ਇਹਨਾਂ ਨੇ 2 ਨੰਬਰ ਤੋਂ ਪੈਸੇ ਆ ਲੋਕਾਂ ਦੀਆਂ ਲੁੱਟਾਂ ਖੋਹਾਂ ਕਰਕੇ ਜਿਹੜੀਆਂ ਪ੍ਰੋਪਰਟੀਆਂ ਬਣਾਈਆਂ ਨੇ ਸਾਰੀਆਂ ਦੀਆਂ ਸਾਰੀਆਂ ਅਸੀਂ ਲਵਾਂ। ਸਰ ਇਹ ਵਹੀਕਲ ਸਵਿਫਟ ਰਿਕਵਰ ਹੋ ਗਿਆ ਜਾਂ ਇਸ ਤੋਂ ਇਲਾਵਾ ਹੋਰ ਵੀ? ਨਹੀਂ, ਇਹ ਵਹੀਕਲ ਜਿਹੜਾ ਸਵਿਫਟ ਇਹਦੇ 'ਚ 2 ਅਸੀਂ ਵਹੀਕਲ ਜਿਹੜੇ ਰਿਕਵਰ ਕੀਤੇ ਨੇ, ਅਤੇ ਬਾਕੀ ਆ ਰਾੜਾਂ ਛਾੜਾਂ ਜਿੰਨੀਆਂ ਹੈਗੀਆਂ ਨੇ ਉਹ ਰਿਕਵਰ ਕੀਤੀਆਂ ਨੇ। ਮੈਂ ਤੁਹਾਨੂੰ ਕਿਹਾ ਵੀ ਹਰੇਕ ਚੀਜ਼ ਜਿੱਥੇ ਇਹਨਾਂ ਨੇ ਸ਼ਟਰ ਤੋੜੇ ਆ, ਚਾਹੇ ਉਹਦੇ 'ਚ ਕੋਈ ਮੋਬਾਈਲ ਹੈ, ਚਾਹੇ ਕੱਪੜਾ ਹੈ, ਚਾਹੇ ਕੋਈ ਗਹਿਣਾ, ਇਹਨਾਂ ਨੇ ਜਿਹੜੀ ਵੀ ਸ਼ੋਪ ਦੇ ਵਿੱਚ ਕਰਦੇ ਰਹੇ ਨੇ ਉੱਥੇ ਕੀਮਤੀ ਸਮਾਨ ਇਹਨਾਂ ਨੇ ਛੱਡਿਆ ਨਹੀਂ ਹੈ। ਅਤੇ ਇਹਨਾਂ ਨੇ ਜਿਹੜਾ ਵੇਚ ਕੇ ਅੱਗੇ ਪੈਸੇ ਕਿੱਥੇ ਕਿੱਥੇ ਇਹਨਾਂ ਨੇ ਦਿੱਤੇ ਨੇ, ਕਿੱਥੇ ਕਿੱਥੇ ਲਾਏ ਨੇ, ਕੀ ਕਰ ਰਹੇ ਆ, ਉਹ ਅੱਗੇ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆ ਜਾਏਗਾ। ਹੁਣ ਅਸੀਂ ਇਹਨਾਂ ਦਾ ਸਿਰਫ ਜਿਹੜਾ ਇੱਕ ਬੈਂਕ ਅਕਾਊਂਟ ਹੀ ਦੇਖਿਆ, ਜਿਹੜਾ ਅਸੀਂ ਉਹ ਬੈਂਕ ਅਕਾਊਂਟ ਨੂੰ ਫਰੀਜ਼ ਕਰਾਇਆ ਉਹ ਇਹਦੀ ਵਾਈਫ ਦੇ ਨਾਂ ਦੇ ਆ, ਉਹਦੇ 'ਤੇ 2 ਲੱਖ ਰੁਪਈਆ ਸਿਰਫ ਉਸ ਅਕਾਊਂਟ ਦੇ ਵਿੱਚ ਹੈਗਾ ਸੀ। ਤੇ ਬਾਕੀ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਇਹਨਾਂ ਦੇ ਅਕਾਊਂਟ ਹੋਰ ਕਈ ਨਿਕਲਣਗੇ। ਸਰ ਕਿੰਨੇ ਕੁ ਪੈਸੇ ਜਿਹੜੇ ਕੈਸ਼ ਜਿਹੜਾ ਉਹ? ਇਹਦਾ ਦੇਖੋ ਜੀ, ਹੁਣ ਸਾਰੀਆਂ ਜਿਹੜੇ ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਹੋਏਗੀ ਅਤੇ ਕਿਹੜੀ ਕਿਹੜੀ ਥਾਂ ਤੋਂ ਕਿੰਨਾ ਕਿੰਨਾ ਹੋਇਆ ਉਸ ਹਿਸਾਬ 'ਤੇ ਪਤਾ ਲੱਗ ਜਾਏਗਾ, ਅਤੇ ਉਹ ਤੁਹਾਨੂੰ ਅਗਲੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਰਾ ਕਨਵੇ ਕਰਾਂਗੇ ਕਿ ਟੋਟਲ ਕਿੰਨਾ ਸਾਰੇ ਪੰਜਾਬ ਦੇ ਵਿੱਚੋਂ ਇਹਨਾਂ ਨੇ ਕੀਤਾ। ਹਮਾਰੇ ਕੋਚਿੰਗ ਇੰਸਟੀਟਿਊਟ ਮੇਂ ਬੋਥ ਸਕੂਲਿੰਗ ਐਂਡ ਕੋਚਿੰਗ ਫੈਸਿਲਿਟੀ ਕੋ ਲੇਂਗੇ, ਉਨਕੋ ਕੋਈ ਵੀ ਐਕਸਟਰਾ ਟਿਊਸ਼ਨ ਜਾਂ ਕੋਚਿੰਗ ਲੈਣੇ ਕੀ ਜ਼ਰੂਰਤ ਨਹੀਂ ਪੜੇਗੀ। ਉਨਕਾ ਸਮੇਂ ਔਰ ਉਨਕਾ ਪੈਸਾ ਦੋਨੋਂ ਹਮਾਰੇ ਸਾਥ ਐਡਮਿਸ਼ਨ ਲੈਣੇ ਪੇ ਬਚ ਸਕਤਾ ਹੈ।